ਮੈਨੂੰ ਇਹ ਲੱਗਦਾ ਪਿਆ ਹੈਗਾ ਵੇ ਕਿ ਸਰਕਾਰ ਵੀ ਤੁਹਾਨੂੰ ਜੋ ਰੀਜ਼ਨੇਬਲ ਤਰੀਕੇ ਨਾਲ ਉਹਨਾਂ ਦੇ ਮੰਗਾਂ ਜਿਹੜੀਆਂ ਤੁਹਾਡੀਆਂ ਮੰਨ ਲਿੱਤੀਆਂ ਨੇ ਇਹਨੂੰ ਪੂਰੀ ਤਰੀਕੇ ਨਾਲ ਕਰ ਲਓ। ਇਹ ਵੀਡੀਓ ਕੱਢ ਰਹੇ ਹੋ ਤੇ ਇਹ ਕਹਿ ਰਹੇ ਹੋ ਕਿ ਉਹ ਸਰਕਾਰ ਦੀ ਜੋ ਰੀਜ਼ਨੇਬਲ ਮੰਗ ਹੈ ਉਹ ਮੰਨ ਲੈਣ। ਕਿਸਾਨਾਂ ਦੇ ਖਿਲਾਫ ਹੁਣ ਬਿਆਨਬਾਜ਼ੀ ਤੇ ਉੱਤਰ ਆਏ ਹੋ। ਤੁਹਾਨੂੰ 150 ਸ਼ਾਤਾਂ ਨਹੀਂ ਤੁਹਾਨੂੰ ਦਿਖੀਆਂ? ਤੁਹਾਨੂੰ ਕੜਾਕੇ ਦੀ ਠੰਡ ਦੇ ਅੰਦਰ ਬੈਠੇ ਕਿਸਾਨ ਨਹੀਂ ਦਿਖ ਰਹੇ? ਤੁਸੀਂ ਇਹ ਬਿਆਨਬਾਜ਼ੀ ਇਸ ਕਰਕੇ ਕਰ ਰਹੇ ਹੋ ਕਿਉਂਕਿ ਤੁਸੀਂ ਨਵੀਂ ਪਾਰਟੀ ਜੁਆਇਨ ਕੀਤੀ ਹੈ, ਉਹ ਗਵਰਨਮੈਂਟ ਸਪੋਰਟਿਡ ਹੈ। ਮਤਲਬ ਹੁਣ ਤੁਹਾਡਾ ਕਿਰਦਾਰ ਤੁਹਾਡਾ ਇੰਨਾ ਗਿਰ ਗਿਆ ਕਿ ਤੁਸੀਂ ਕਿਸਾਨਾਂ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੋ। ਜੋ 150 ਤੋਂ ਵੱਧ ਸ਼ਾਤਾਂ ਹੋਈਆਂ ਕਿਸਾਨਾਂ ਦੀਆਂ, ਉਹਦੇ ਲਈ ਤਾਂ ਤੁਸੀਂ ਹਾਂ ਦਾ ਨਾਰਾ ਵੀ ਨਹੀਂ ਮਾਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਜੌਰੀ ਗਾਰਡਨ ਜੀ ਦੇ ਪ੍ਰਧਾਨ ਜੀ ਦੀ ਇੱਕ ਵੀਡੀਓ ਦੇਖੀ ਜਿਹਦੇ ਅੰਦਰ ਉਹ ਇਹ ਕਹਿ ਰਹੇ ਨੇ ਕਿ ਜੋ ਸਰਕਾਰ ਰੀਜ਼ਨੇਬਲ ਜੋ ਮੰਗ ਹੈ ਉਹ ਰੀਜ਼ਨੇਬਲ ਮੰਗ ਤੁਸੀਂ ਮੰਨ ਲਓ। ਮਤਲਬ ਹੁਣ ਤੁਹਾਡਾ ਕਿਰਦਾਰ ਤੁਹਾਡਾ ਇੰਨਾ ਗਿਰ ਗਿਆ ਕਿ ਤੁਸੀਂ ਕਿਸਾਨਾਂ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੋ। ਜੋ 150 ਤੋਂ ਵੱਧ ਸ਼ਾਤਾਂ ਹੋਈਆਂ ਕਿਸਾਨਾਂ ਦੀਆਂ, ਉਹਦੇ ਲਈ ਤਾਂ ਤੁਸੀਂ ਹਾਂ ਦਾ ਨਾਰਾ ਵੀ ਨਹੀਂ ਮਾਰ ਸਕੇ। 4 ਮਹੀਨੇ ਤੋਂ ਉਹਨਾਂ ਦਾ ਸੰਘਰਸ਼ ਚੱਲ ਰਿਹਾ, 2 ਮਹੀਨੇ ਤੋਂ ਕੜਾਕੇ ਦੀ ਠੰਡ ਦੇ ਅੰਦਰ ਉਹਨਾਂ ਦਾ ਸੰਘਰਸ਼ ਚੱਲ ਰਿਹਾ। ਮੈਂ ਖੁਦ ਜਾ ਕੇ ਉੱਥੇ ਦੇਖਿਆ, ਰਾਤ ਵੇਲੇ 2 ਘੰਟੇ ਉੱਥੇ ਰੁਕਣਾ ਔਖਾ। ਅਤੇ ਮੈਂ ਉਹਨਾਂ ਦੀ ਹਿੰਮਤ ਦੀ ਦਾਤ ਦਿੰਦਾ ਕਿਸਾਨ ਵੀਰਾਂ ਦੀ। ਉਹਦੇ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਮਾਤਾਵਾਂ ਵੀ ਨੇ, ਭੈਣਾਂ ਵੀ ਨੇ। ਮੈਂ ਦਾਤ ਦਿੰਦਾ ਉਹਨਾਂ ਦੀ ਜੋ ਉੱਥੇ ਉਹ 2 ਮਹੀਨੇ ਦੀ ਕੜਾਕੇ ਦੀ ਠੰਡ 'ਚ ਬੈਠੇ ਨੇ। ਅਤੇ ਤੁਸੀਂ ਉਹਨਾਂ ਨੂੰ ਹੁਣ ਇਹ ਵੀਡੀਓ ਕੱਢ ਰਹੇ ਹੋ ਅਤੇ ਇਹ ਕਹਿ ਰਹੇ ਹੋ ਕਿ ਉਹ ਸਰਕਾਰ ਦੀ ਜੋ ਰੀਜ਼ਨੇਬਲ ਮੰਗ ਹੈ ਉਹ ਮੰਨ ਲੈਣ। ਮਤਲਬ ਬਗੈਰ ਕਾਲੇ ਕਾਨੂੰਨ ਵਾਪਸ ਕਰਾਏ ਉਹ ਵਾਪਸ ਪਰਤ ਜਾਣ। ਤੁਸੀਂ ਇਹ ਬਿਆਨਬਾਜ਼ੀ ਇਸ ਕਰਕੇ ਕਰ ਰਹੇ ਹੋ ਕਿਉਂਕਿ ਤੁਸੀਂ ਨਵੀਂ ਪਾਰਟੀ ਜੁਆਇਨ ਕੀਤੀ ਹੈ, ਉਹ ਗੌਰਮੈਂਟ ਸਪੋਰਟਿਡ ਹੈ। ਤੁਸੀਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਖਿਲਾਫ ਹੁਣ ਬਿਆਨਬਾਜ਼ੀ 'ਤੇ ਉੱਤਰ ਆਏ ਹੋ। ਜੋ ਤੁਹਾਡਾ ਸਟੇਟਸ ਔਰ ਜੋ ਤੁਹਾਡਾ ਕਿਰਦਾਰ ਹੈ ਨਾ ਗਿਰ ਗਿਆ, ਬਈ ਤੁਸੀਂ ਕਿਸਾਨਾਂ ਅੰਦੋਲਨ ਦੇ ਖਿਲਾਫ ਬੋਲ ਰਹੇ ਹੋ। ਤੁਹਾਨੂੰ 150 ਸ਼ਾਤਾਂ ਨਹੀਂ ਤੁਹਾਨੂੰ ਦਿਖੀਆਂ? ਤੁਹਾਨੂੰ ਕੜਾਕੇ ਦੀ ਠੰਡ ਦੇ ਅੰਦਰ ਬੈਠੇ ਕਿਸਾਨ ਨਹੀਂ ਦਿਖ ਰਹੇ? ਇਹ ਅੰਦੋਲਨ ਕੋਈ ਇੱਕ ਸਟੇਟ ਜਾਂ ਇੱਕ ਏਰੀਏ ਦਾ ਨਹੀਂ ਹੈਗਾ, ਇਹ ਅੰਦੋਲਨ ਪੂਰੇ ਵਿਸ਼ਵ ਦਾ ਅੰਦੋਲਨ ਬਣ ਚੁੱਕਿਆ। ਅਤੇ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਇੰਨੇ ਜ਼ਿੰਮੇਦਾਰ ਵਿਅਕਤੀ ਹੋਣ ਦੇ ਨਾਤੇ ਕਿਸਾਨਾਂ ਦੇ ਖਿਲਾਫ ਇਹ ਬਾਈਟਾ ਕੱਢ ਰਹੇ ਹੋ। ਤੁਸੀਂ ਬੋਲਣ ਤੋਂ ਪਹਿਲਾਂ ਜਾਂ ਸਮਝੋ ਤਾਂ ਸਹੀ ਤੁਸੀਂ ਬੋਲ ਕੀ ਰਹੇ ਹੋ। ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ, ਉਹ 150 ਸ਼ਾਤਾਂ ਦੀ ਤਰਫ ਵੀ ਦੇਖੋ ਅਤੇ ਇਹ ਬਿਆਨਬਾਜ਼ੀਆਂ ਨਾ ਕਰੋ ਅਤੇ ਕਿਸਾਨਾਂ ਇੱਕ ਬਾਈਟ ਕੱਢ ਕੇ ਕਿਸਾਨਾਂ ਕੋਲ ਮਾਫ਼ੀ ਮੰਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।